ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਟਾਲੇ ਦੇ ਕੋਲ ਹਿੰਦੂ ਮਜ਼ਹਬ ਦਾ ਧਾਮ ਹੈ, ਉੱਥੇ ਨੇੜੇ ਹੀ ਗੁਰਦੁਆਰਾ ਅਚਲ ਸਾਹਿਬ ਹੈ ਤੇ ਨੇੜੇ ਹੀ ਇਹ ਧਾਮ ਹੈ ਹਿੰਦੂ ਵੀਰਾਂ ਦਾ। ਸਰੋਵਰ ਦੇ ਵਿੱਚ ਕਿਸੇ ਸਿਰਫਿਰੇ ਨਿਹੰਗ ਸਿੰਘ ਨੇ, ਦੋ ਤਿੰਨ ਨਿਹੰਗ ਸਿੰਘ ਨੇ ਘੋੜੇ ਦਾ ਇਸ਼ਨਾਨ ਕਰਾਇਆ। ਜਦੋਂ ਕਿਤੇ ਸਿੱਖ ਕੌਮ ਦੇ ਸਰੋਵਰਾਂ ਬਾਰੇ ਕੋਈ ਬੋਲਦਾ ਹੈ, ਉਦੋਂ ਬੜੀਆਂ ਮਿਰਚਾਂ ਲੜਦੀਆਂ ਨੇ ਕਿ ਹਿੰਦੂ ਸਰੋਵਰਾਂ ਦੇ ਵਿੱਚ ਪਾਣੀ ਹੋਰ ਹੈ ਤੇ ਸਾਡੇ ਸਰੋਵਰ ਵਿੱਚ ਪਾਣੀ ਹੋਰ ਹੈ। ਹਾਲਾਂਕਿ ਜਦੋਂ 68 ਤੀਰਥਾਂ ਦੀ ਗੱਲ ਕਰਦੇ ਹੋ, ਉਦੋਂ ਇਹ 68 ਤੀਰਥ ਹਿੰਦੂ ਮਤ ਦੇ ਹੈ, ਸਾਡੇ ਨਹੀਂ ਹੈਗੇ। ਜੇ ਤੁਸੀਂ ਸਤਿਕਾਰ ਕਰਦੇ ਹੋ ਕਿ ਸਰੋਵਰਾਂ ਦਾ, ਧਾਮਾਂ ਦਾ ਸਤਿਕਾਰ ਹੈ ਸਿੱਖ ਕੌਮ ਦੇ ਵਿੱਚ, ਫਿਰ ਤੁਹਾਡੇ ਕੋਲੇ ਕੀ ਅਥਾਰਟੀ ਹੈ, ਤੁਹਾਡੇ ਕੋਲੇ ਕੀ ਪਾਵਰ ਹੈ ਕਿ ਤੁਸੀਂ ਕਿਸੇ ਦੇ ਸਰੋਵਰ ਵਿੱਚ ਜਾ ਕੇ ਘੋੜੇ ਨੂੰ ਇਸ਼ਨਾਨ ਕਰਾਓ, ਘੋੜੇ ਨੂੰ ਨਵਾਓ? ਇਹ ਕਿੱਥੇ ਲਿਖਿਆ? ਇਹ ਬਹੁਤ ਵੱਡੀ ਗਲਤੀ ਹੈ, ਬਹੁਤ ਵੱਡੀ ਗਲਤੀ ਹੈ। ਹਾਲਾਂਕਿ ਮੈਂ ਸਰੋਵਰਾਂ ਦੇ ਨਾਲ ਸਹਿਮਤ ਨਹੀਂ ਹੈਗਾ। ਜਿਹੜਾ ਸਾਡਾ ਸਰੋਵਰ ਹੈ ਨਾ ਬਾਣੀ ਦੇ ਮੁਤਾਬਕ, ਉਹ ਸੰਗਤ ਹੈ, ਜਿੱਥੇ ਗੁਰਮਤਿ ਦੀ ਵਿਚਾਰਧਾਰਾ ਹੁੰਦੀ ਹੈ, ਪਰਮਾਤਮਾ ਦੇ ਘਰ ਦੀ ਗੱਲ ਹੁੰਦੀ ਹੈ, ਉਹ ਸੰਗਤ ਨੂੰ ਸਰੋਵਰ ਕਿਹਾ। ਪਰ ਜੇ ਸਾਡੀ ਕਮਿਊਨਿਟੀ ਦੇ ਵਿੱਚ, ਸਿੱਖ ਕੌਮ ਦੇ ਵਿੱਚ ਸਰੋਵਰਾਂ ਨੂੰ ਮਹਾਨਤਾ ਦਿੱਤੀ ਜਾਂਦੀ ਹੈ, ਜੇ ਤੁਸੀਂ ਮੰਨਦੇ ਹੋ, ਫਿਰ ਤੁਹਾਨੂੰ ਇਹ ਵੀ ਹੱਕ ਨਹੀਂ ਹੈਗਾ ਜੇ ਤੁਸੀਂ ਆਪਣੇ ਸਰੋਵਰਾਂ ਨੂੰ ਪਵਿੱਤਰ ਮੰਨਦੇ ਹੋ, ਬਹੁਤ ਵੱਡਾ ਤੀਰਥ ਮੰਨਦੇ ਹੋ, ਫਿਰ ਹਿੰਦੂ ਤੀਰਥ, ਹਿੰਦੂ ਸਰੋਵਰ ਦੇ ਵਿੱਚ ਜਾ ਕੇ ਤੁਸੀਂ ਘੋੜੇ ਦਾ ਇਸ਼ਨਾਨ ਕਿੱਦਾਂ ਕਰਵਾ ਸਕਦੇ ਹੋ? ਇਹ ਤੁਹਾਡੇ ਛਿੱਤਰਾਂ ਦੀ ਘਾਟ ਕੀ? ਇਹ ਜਿਹੜੇ ਦੋ ਟੋਟਰੂ ਨਿਹੰਗ ਗਏ ਨੇ ਉੱਥੇ ਘੋੜਾ ਨਵਾਉਣ ਵਾਸਤੇ, ਕਾਨੂੰਨੀ ਕਾਰਵਾਈ ਹੋਊਗੀ ਕੋਈ? ਸਾਡੀਆਂ ਸਿੱਖ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁੱਤੇ ਪਏ ਨੇ, ਸਦਕੇ ਕੋਈ ਕਾਰਵਾਈ ਕਰਨਗੇ? ਕਿ ਇਹ ਇਹੋ ਜਿਹੀਆਂ ਕਰਤੂਤਾਂ ਕਰਕੇ ਹਿੰਦੂ ਤੇ ਸਿੱਖਾਂ ਵਿੱਚ ਇੱਕ ਟਕਰਾਅ ਨਹੀਂ ਪੈਦਾ ਕੀਤਾ ਜਾ ਰਿਹਾ, ਇੱਕ ਨਫ਼ਰਤ ਨਹੀਂ ਪੈਦਾ ਕੀਤੀ ਜਾ ਰਹੀ? ਜਿਹੜੇ ਹਿੰਦੂ ਸਮਾਜ ਦੇ ਲੋਕ ਦਰਬਾਰ ਸਾਹਿਬ ਆਉਂਦੇ ਨੇ, ਮੱਥਾ ਟੇਕਦੇ ਨੇ, ਇਸ਼ਨਾਨ ਕਰਕੇ ਜਾਂਦੇ ਨੇ, ਭੇਟਾਵਾਂ ਚੜ੍ਹਾ ਕੇ ਜਾਂਦੇ ਨੇ, ਤੇ ਕੀ ਉਹਨਾਂ ਦੀ ਸ਼ਰਧਾ ਨਹੀਂ ਟੁੱਟੂ? ਫਿਰ ਉਹਨਾਂ ਦੇ ਮਨ ਵਿੱਚ ਸਿੱਖਾਂ ਪ੍ਰਤੀ ਸ਼ਰਧਾ ਕੀ ਹੋਊਗੀ, ਕੀ ਭਾਵਨਾ ਹੋਊਗੀ? ਕਦੇ ਸੋਚੋਗੇ ਤੁਸੀਂ? ਇਹ ਲੱਖ ਲਾਣਤ ਇਹੋ ਜਿਹੇ ਅੰਮ੍ਰਿਤ ਛਕਣ ਵਾਲੇ, ਇਹੋ ਜਿਹੇ ਨਿਹੰਗਾਂ ਦੇ, ਇਹੋ ਜਿਹੀਆਂ ਕਤੀੜਾਂ ਤੇ, ਜਿਹੜੇ ਕਿਸੇ ਦੇ ਧਰਮਾਂ ਵਿੱਚ ਜਾ ਕੇ, ਮਜ਼ਹਬਾਂ ਵਿੱਚ ਜਾ ਕੇ ਦਖਲਦਾਜ਼ੀ ਕਰਦੇ ਨੇ, ਬੇਅਦਬੀਆਂ ਕਰਦੇ ਨੇ। ਹੁਣ ਅਗਲੇ ਕਹਿਣਗੇ ਕਿ ਸਾਡੇ ਮਜ਼ਹਬ ਦੀ ਬੇਅਦਬੀ ਹੈ, ਸਾਡੇ ਧਾਮ ਦੀ ਬੇਅਦਬੀ ਹੈ, ਕਿ ਸਾਨੂੰ ਅਕਲ ਆਊਗੀ? ਬਿਲਕੁਲ ਨਹੀਂ। ਜਿਹੜੀਆਂ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ, ਇਹੋ ਜਿਹੇ ਲੋਕਾਂ ਦੇ ਛਿੱਤਰਾਂ ਦੀ, ਇਹੋ ਜਿਹੇ ਲੋਕਾਂ ਨੂੰ ਛਿੱਤਰਾਂ ਦੀ ਘਾਟ ਹੈ ਕਿ ਨਿਹੰਗ ਜਥੇਬੰਦੀਆਂ ਨੂੰ ਹੁਣ ਦਿੰਦਾ ਨਹੀਂ? ਜੇ ਕੋਈ ਤੁਹਾਡੇ ਸਰੋਵਰ ਵਿੱਚ ਜਾ ਕੇ ਘੋੜੇ ਨੂੰ ਇਸ਼ਨਾਨ ਕਰਾਏ, ਫਿਰ ਬਹੁਤਾਂ ਦੇ ਕਮੈਂਟ ਆਉਂਦੇ ਸੀ ਕਿ ਚੰਗਾ ਹੋਇਆ, ਨਿਹੰਗ ਸਿੰਘ ਤਾਂ ਇੱਦਾਂ ਹੀ ਕਰਦੇ ਹੁੰਦੇ ਆ, ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ, ਖਾਲਿਸਤਾਨ ਦੀਆਂ ਨਿਸ਼ਾਨੀਆਂ ਨੇ, ਆਉਣ ਵਾਲੇ ਸਮੇਂ ਦੀਆਂ, ਕੀ ਇਹ ਫੁਕਰੀਆਂ ਨਹੀਂ ਹੈਗੀਆਂ? ਕੀ ਇਹ ਗੁੰਡਾਗਰਦੀ ਨਹੀਂ? ਇਹ ਧੱਕਾ ਨਹੀਂ ਹੈਗਾ? ਮੈਂ ਬੇਨਤੀ ਕਰਨੀ ਹੈ ਜਥੇਬੰਦੀਆਂ ਨੂੰ ਕਿ ਜਿਹੋ ਜਿਹਾ ਸਰੋਵਰ ਤੁਹਾਡਾ ਹੈ, ਉਹੋ ਜਿਹਾ ਸਰੋਵਰ ਫਿਰ ਹਿੰਦੂਆਂ ਦਾ। ਮੈਂ ਇੱਥੇ ਇੱਕ ਬੇਨਤੀ ਕਰ ਦਿੰਦਾ, ਮੇਰਾ ਸਰੋਵਰਾਂ ਦੇ ਨਾਲ ਕੋਈ ਮਤਲਬ ਨਹੀਂ, ਪਰ ਜੇ ਤੁਸੀਂ
ਸਿੱਖ ਕੌਮ ਦੇ ਵਿੱਚ ਸਰੋਵਰਾਂ ਨੂੰ ਮਹਾਨਤਾ ਦਿੰਦੇ ਹੋ, ਤੁਹਾਡੀ ਗੱਲ ਮੰਨ ਲੈਂਦੇ ਹਾਂ, ਫਿਰ ਜਿਹੜੇ ਹਿੰਦੂ ਸਰੋਵਰ ਨੇ ਉਹਨਾਂ ਪ੍ਰਤੀ ਨਫ਼ਰਤ ਕਿਉਂ? ਤੁਸੀਂ ਉੱਥੇ ਪਸ਼ੂਆਂ ਨੂੰ ਇਸ਼ਨਾਨ ਕਿੱਦਾਂ ਕਰਾ ਸਕਦੇ ਹੋ? ਕੋਈ ਅਕਲ ਤੋਂ ਕੰਮ ਲਓਗੇ ਕਿ ਨਹੀਂ? ਇਹ ਪਾੜਾ ਪਾਇਆ ਜਾ ਰਿਹਾ, ਇਹ ਔਰੰਗਜ਼ੇਬ ਦੇ ਰਾਜ ਦੀ ਨਿਸ਼ਾਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੀਆਂ ਤੁਸੀਂ ਕਰਤੂਤਾਂ ਕਰ ਰਹੇ ਹੋ। ਇਹਨਾਂ ਖੱਚਾਂ ਨੂੰ, ਇਹ ਭੰਗ ਪੀਣੀ ਜਾਤ ਨੂੰ, ਸੁੱਖਾ ਪੀਣੀ ਜਾਤ ਨੂੰ ਸਮਝਾ ਲਓ, ਇਹਦਾ ਕੁਛ ਨਹੀਂ ਜਾਣਾ। ਪਹਿਲਾਂ ਵੀ ਜਿਹੜੀ ਸਿੱਖ ਕੌਮ ਹੈ ਨਾ, ਬਿਲਕੁਲ ਚੱਕੀ ਦੇ ਵਿੱਚ ਘਣ ਵਾਂਗੂ ਘੁਣ ਵਾਂਗੂ ਪੀਸੀ ਗਈ ਹੈ। ਕਸੂਰ ਕਿਹਦਾ ਹੋਰ ਸੀ? ਅਸੀਂ ਸਨ ਵਿਚਾਲੇ ਫਸ ਕੇ ਛਿੱਤਰ ਖਾਧੇ ਨੇ, ਜੁੱਤੀਆਂ ਖਾਧੀਆਂ ਨੇ ਅਸੀਂ, ਤੇ ਹੁਣ ਅਸੀਂ ਉਹੀ ਹਰਕਤਾਂ ਕਰ ਰਹੇ ਹਾਂ। ਇਹ ਜਿਹੜੇ ਵੀ ਦੋ ਨਿਹੰਗਾਂ ਨੇ ਘੋੜੇ ਦਾ ਇਸ਼ਨਾਨ ਕਰਵਾਇਆ ਹਿੰਦੂ ਸਰੋਵਰ ਦੇ ਵਿੱਚ, ਉਹ ਧਾਮ ਦੇ ਵਿੱਚ, ਤਾਂ ਸਾਡੇ ਸਿੱਖ ਜਥੇਬੰਦੀਆਂ ਵਾਲਿਆਂ ਨੂੰ, ਅਕਾਲਾ ਜਥੇਦਾਰ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਉਹਨਾਂ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਮਾਫ਼ੀ ਮੰਗਵਾਈ ਜਾਵੇ, ਤੇ ਨਹੀਂ ਇਹ ਪਾੜੇ ਵੱਧਦੇ ਵੱਧਦੇ ਹੋਰ ਵੱਧਦੇ ਜਾਣਗੇ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।